ਕਿਸਾਨ ਵੀਰੋ, ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਗੱਲ ਕਰਾਂਗੇ ਕਣਕ ਨੂੰ ਪਾਣੀ ਬਾਰੇ ਕਿ ਜਿਹੜੇ ਕਿਸਾਨ ਵੀਰਾਂ ਨੇ ਜਨਵਰੀ ਦੇ ਅਖੀਰਲੇ ਹਫ਼ਤੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਕਣਕ ਨੂੰ ਪਾਣੀ ਹੈ ਜਿਹੜਾ ਉਹ ਲਾਉਣਾ ਸੀ, ਅਤੇ ਪਰ ਤੁਹਾਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਪਿਛਲੇ 2-3 ਦਿਨ ਮੀਂਹ ਹੈ ਜਿਹੜਾ ਉਹ ਕਾਫੀ ਜ਼ਿਆਦਾ ਪਿਆ, ਅਤੇ ਉਹ ਕਿਸਾਨ ਵੀਰ ਹੁਣ ਕੀ ਕਰਨ, ਕਣਕ ਨੂੰ ਹੁਣ ਪਾਣੀ ਲਾਉਣਾ ਚਾਹੀਦਾ ਮੀਂਹ ਤੋਂ ਬਾਅਦ ਜਾਂ ਨਹੀਂ, ਅਤੇ ਜੇਕਰ ਆਪਾਂ ਲਾਉਣਾ ਆ ਤਾਂ ਉਹ ਕਿੰਨੇ ਦਿਨ ਡਿਲੇਅ ਆ ਜਿਹੜਾ ਆਪਾਂ ਪਾਣੀ ਕਰ ਸਕਦੇ ਹਾਂ। ਅਤੇ ਦੂਸਰੀ ਗੱਲ ਅੱਗੇ ਆਪਾਂ ਤੇਲੇ ਬਾਰੇ ਕਰਾਂਗੇ ਕਿ ਤੇਲੇ ਦੀ ਸਪਰੇਅ ਆ ਜਿਹੜੀ ਕਰਨ ਦਾ ਸਹੀ ਸਮਾਂ ਕਿਹੜਾ ਆ ਕਿ ਜਿਹਦੇ ਨਾਲ ਆਪਣੇ ਖੇਤ ਵਿੱਚੋਂ ਤੇਲਾ ਪੂਰੀ ਤਰ੍ਹਾਂ ਖਤਮ ਹੋ ਸਕੇ, ਕਿਉਂਕਿ ਇਹ ਦੋਨੋਂ ਟੋਪਿਕ ਉਹ ਨੇ ਕਿ ਜਿੱਦਾਂ ਤੁਸੀਂ ਜੇਕਰ ਪਾਣੀ ਦੀ ਗੱਲ ਕਰ ਮਤਲਬ ਕੀਤੀ, ਜਿੰਨੀ ਮਰਜ਼ੀ ਤੁਸੀਂ ਸਪਰੇਆਂ ਵਧੀਆ ਕਰ ਲਓ, ਜਿੰਨਾ ਮਰਜ਼ੀ ਤੁਸੀਂ ਖਿਆਲ ਆ ਜਿਹੜਾ ਉਹ ਕਣਕ ਦਾ ਸੋਹਣਾ ਰੱਖ ਲਓ, ਪਰ ਲਾਸਟਲਾ ਪਾਣੀ ਹੈ ਜਿਹੜਾ ਜਾਂ ਸੈਕਿੰਡ ਲਾਸਟ ਪਾਣੀ ਹੈ ਜਿਹੜਾ ਕਣਕ ਨੂੰ ਲੱਗਦਾ, ਉਹ ਮਤਲਬ ਬੜੇ ਤਰੀਕੇ ਨਾਲ ਜੇਕਰ ਆਪਾਂ ਲਾਉਂਦੇ ਹਾਂ ਤਾਂ ਫਿਰ ਹੀ ਆਪਾਂ ਅੱਗੇ ਚੰਗਾ ਝਾੜ ਲੈਣ ਦੇ ਵਿੱਚ ਕਾਮਯਾਬ ਹੋਈਦਾ। ਅਤੇ ਤੇਲਾ ਵੀ ਆਪਣਾ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਕਰਦਾ, ਤੁਹਾਨੂੰ ਪਤਾ ਹੀ ਹੈ ਕਿ ਹਾਂ ਵੀ ਕਈ ਮੱਖੀਆਂ ਜਦੋਂ ਸਿੱਟਾ ਬਾਹਰ ਆ ਜਾਂਦਾ, ਕਈ ਮੱਖੀਆਂ ਦੇ ਉੱਪਰ ਜਿੱਥੇ ਤੇਲਾ ਲੱਗ ਜਾਂਦਾ ਉਹਦੇ ਵਿੱਚ ਦਾਣਾ ਜਿਹੜਾ ਉਹ ਕਮਜ਼ੋਰ ਬਣਦਾ ਜਾਂ ਬਣਦਾ ਹੀ ਨਹੀਂ, ਜਾਂ ਉਨੀ ਜਗ੍ਹਾ ਜਿਹੜੀ ਉਹ ਕਾਲੀ ਹੋ ਜਾਂਦੀ ਆ। ਸੋ ਜੇਕਰ ਮੈਂ ਪਾਣੀ ਦੀ ਗੱਲ ਕਰਾਂ ਤਾਂ ਕਿਸਾਨ ਵੀਰੋ, ਤੁਸੀਂ ਹੁਣ ਇਹ ਨਾ ਸੋਚਿਓ ਕਿ ਮੀਂਹ ਪੈ ਗਿਆ ਤਾਂ ਆਪਾਂ ਪਾਣੀ ਆ ਜਿਹੜਾ ਹੁਣ ਕਣਕ ਨੂੰ ਨਹੀਂ ਲਾਉਣਾ। ਹਾਂ, ਜਿੱਥੇ ਇੱਕ ਵਾਰੀ ਪਾਣੀ ਪੂਰੇ ਖੇਤਾਂ ਵਿੱਚ ਭਰ ਕੇ ਖਲੋ ਗਿਆ ਸੀ ਜਾਂ ਮਤਲਬ ਖੋਬਾ ਲੋੜ ਨਾਲੋਂ ਜ਼ਿਆਦਾ ਹੋਇਆ ਖੇਤ ਵਿੱਚ, ਉੱਥੇ ਤਾਂ ਤੁਸੀਂ ਨਾ ਵੀ ਲਾਓ ਤਾਂ ਵੀ ਤੁਹਾਡਾ ਸਰ ਜੂਗਾ, ਪਰ ਜਿੱਥੇ ਮੀਂਹ ਥੋੜ੍ਹਾ ਪਿਆ ਆ ਜਾਂ ਦਰਮਿਆਨਾ ਪਿਆ, ਤਾਂ ਉਹ ਕਿਸਾਨ ਵੀਰ ਇਹਦੇ ਤੋਂ ਹੁਣ ਲੇਟ ਆ ਜਿਹੜਾ ਉਹ ਨਾ ਹੁਣ ਪਾਣੀ ਲਾਉਣ ਤੋਂ। ਤੁਸੀਂ ਕੀ ਕਰਨਾ, ਇਹ ਨਾਲ ਦੀ ਨਾਲ ਹੀ ਜਿੱਦਾਂ ਕੱਲ੍ਹ ਮੀਂਹ ਪੈ ਕੇ ਹਟਿਆ ਅਤੇ ਜਿਹੜੇ ਕਿਸਾਨ ਵੀਰਾਂ ਨੇ ਮਤਲਬ ਅੱਜ ਪਾਣੀ ਲਾਉਣਾ ਸੀ, ਖੇਤ ਪਾਣੀ ਮੰਗ ਰਹੇ ਸੀ, ਮੀਂਹ ਦੇ ਨਾਲ ਦੀ ਨਾਲ ਹੀ ਤੁਸੀਂ ਪਾਣੀ ਆ ਜਿਹੜਾ ਉਹ ਲਾ ਦਿਆ ਕਰੋ 1-2 ਦਿਨਾਂ ਦੇ ਵਿੱਚ। ਜਿੱਦਾਂ 2-3 ਨੂੰ ਮੀਂਹ ਆ ਜਿਹੜਾ ਪਿਆ, 4 ਨੂੰ ਵੀ ਪਿਆ ਥੋੜ੍ਹਾ, ਅਤੇ ਜੇਕਰ ਆਪਾਂ ਹੁਣ ਵੀ ਪਾਣੀ ਕਣਕ ਨੂੰ ਲਾ ਦੇਣਾ, ਇਹਦੇ ਨਾਲ ਕੀ ਹੋਣਾ, ਇੱਕ ਤਾਂ ਪਾਣੀ ਖੇਤ ਨੂੰ ਘੱਟ ਲੱਗਣਾ, ਜੇਕਰ ਆਪਾਂ ਜਨਰੇਟਰ ਆ ਜਾਂ ਡੀਜ਼ਲ ਆ ਉਹ ਵੀ ਆਪਣਾ ਘੱਟ ਲੱਗੂਗਾ, ਥੱਲੋਂ ਆਪਣੀ ਖੇਚਲ ਆ ਜਿਹੜੀ ਉਹ ਵੀ ਘੱਟ ਹੋਊਗੀ, ਅਤੇ ਤਾਂ ਕਰਕੇ ਤੁਸੀਂ ਕਦੀ ਵੀ ਮੀਂਹ ਦੇ ਪਾਣੀ ਨਾਲ ਖੇਤ ਦੀ ਭਰਪਾਈ ਆ ਜਿਹੜੀ ਉਹ ਪੂਰੀ ਤਰ੍ਹਾਂ ਨਹੀਂ ਹੁੰਦੀ। ਕਈ ਜਗ੍ਹਾ 'ਤੇ ਹੁੰਦਾ ਜਿੱਥੇ ਮਤਲਬ ਪਹਿਲਾਂ ਹੀ ਖੋਬਾ ਹੋਏ ਜਾਂ ਮੀਂਹ ਆ ਜਿਹੜਾ ਉਹ ਲੋੜ ਤੋਂ ਜ਼ਿਆਦਾ ਪੈ ਜੇ, ਅਤੇ ਫਿਰ ਆਪਾਂ ਕਹਿ ਸਕਦੇ ਹਾਂ, ਪਰ ਆਪਾਂ ਨੂੰ ਪਾਣੀ ਆ ਜਿਹੜਾ ਉਹ ਲਾਉਣਾ ਹੀ ਪੈਂਦਾ ਹੁੰਦਾ। ਅਤੇ ਇਹਦੇ ਨਾਲ ਕੀ ਬਚਾਅ ਰਹਿ ਜਾਂਦੀ ਹੈ ਜੇਕਰ ਆਪਾਂ ਵਰਖਾ ਦੇ ਨਾਲ ਦੀ ਨਾਲ ਹੀ ਪਾਣੀ ਆ ਜਿਹੜਾ ਉਹ ਕਣਕ ਨੂੰ ਲਾ ਦਿੰਦੇ ਹਾਂ, ਅਤੇ ਇਹਦੇ ਨਾਲ ਇਹ ਬਚਤ ਰਹੀ। ਹਾਂ, ਵੈਦਰ ਜ਼ਰੂਰ ਦੇਖਿਆ ਕਰੋ ਇੱਕ ਵਾਰੀ ਤੁਸੀਂ ਮਤਲਬ ਮੌਸਮ ਵਾਲੀ ਕਿਸੇ ਵੀ ਸਾਈਟ 'ਤੇ ਜਾ ਕੇ ਤੁਸੀਂ ਚੰਗੀ ਤਰ੍ਹਾਂ ਵੈਦਰ ਆ ਜਿਹੜਾ ਉਹ ਆਪਣੇ ਏਰੀਏ ਦਾ ਆਪਣੇ ਪਿੰਡ ਦਾ ਥੋੜ੍ਹਾ ਜਿਹਾ ਚੈੱਕ ਕਰ ਲਿਆ ਕਰੋ, ਫਿਰ ਤੁਸੀਂ ਕੋਈ ਵੀ ਆ ਜਿਹੜਾ ਉਹ ਸਟੈਪ ਚੁੱਕਣਾ। ਅਤੇ ਜੇਕਰ ਤੁਸੀਂ ਨਾਲ ਦੀ ਨਾਲ ਹੀ ਪਾਣੀ ਆ ਜਿਹੜਾ ਮੀਂਹ ਤੋਂ ਬਾਅਦ ਲਾ ਦਿੰਦੇ ਹੋ, ਇਹਦੇ ਨਾਲ ਕੀ ਹੋਣਾ ਕਿ ਕਣਕ ਤੁਹਾਡੀ ਭਰ ਵੀ ਛੇਤੀ ਜਾਊਗੀ, ਪਾਣੀ ਆ ਜਿਹੜਾ ਉਹ ਕਣਕ ਦੇ ਵਿੱਚ ਖੜੂਗਾ ਵੀ ਨਹੀਂ, ਅਤੇ ਇੱਕ ਜ਼ਮੀਨ ਆ ਜਿਹੜੀ ਉਹ ਵੀ ਆਪਣੀ ਇਕੱਠੀ ਹੋ ਕੇ ਰਹੂਗੀ। ਤੁਹਾਨੂੰ ਪਤਾ ਹੀ ਹੋਏਗਾ ਇਹ ਪਾਣੀ ਬਹੁਤ ਮਤਲਬ ਸੈਕਿੰਡ ਲਾਸਟ ਜਿਹੜਾ ਪਾਣੀ ਹੁੰਦਾ ਇਹ ਬਹੁਤ ਜ਼ਰੂਰੀਮੰਦ ਹੁੰਦਾ। ਇਹਦੇ ਨਾਲ ਕੀ ਹੁੰਦਾ ਕਿ ਜੇਕਰ ਆਪਾਂ ਇਹ ਪਾਣੀ ਨਹੀਂ ਲਾਉਂਦੇ ਜਾਂ ਆਪਾਂ ਜਿੱਦਾਂ ਥੋੜ੍ਹਾ ਬਹੁਤਾ ਮੀਂਹ ਪੈ ਗਿਆ ਅਤੇ ਐਨ ਵਧੀਆ ਰਿਹਾ, ਅਤੇ ਪਰ ਜਦੋਂ ਆਪਾਂ ਮਾਰਚ ਚੜ੍ਹੇ 'ਚ ਜਿਹੜਾ ਅਖੀਰਲਾ ਪਾਣੀ ਹੈ ਜਿਹੜਾ ਉਹ ਕਣਕ ਨੂੰ ਲਾਉਣਾ ਜਾਂ ਮਾਰਚ 15 ਨੂੰ ਲਾਉਣਾ, ਜਦੋਂ ਵੀ ਆਪਾਂ ਲਾਉਣਾ, ਉਦੋਂ ਕੀ ਹੋਣਾ ਜ਼ਮੀਨਾਂ ਪੂਰੀਆਂ ਖੁਸ਼ਕ ਹੋ ਕੇ ਭੁਰ ਚੁੱਕੀਆਂ ਹੋਣੀਆਂ, ਅਤੇ ਨਾਲ ਦੀ ਨਾਲ ਹੀ ਜਦੋਂ ਆਪਾਂ ਪਾਣੀ ਲਾਇਆ ਤਾਂ ਸਾਰੀ ਕਣਕ ਆਪਣੀ ਇੱਕੋ ਦਿਨ ਦੇ ਵਿੱਚ ਰਾਤੋ ਰਾਤ ਹੀ ਪੱਕ ਜਾਣੀ ਆ, ਸੁੱਕਣੀ ਸਟਾਰਟ ਹੋ ਜਾਣੀ ਆ, ਉਹਦੇ ਨਾਲ ਝਾੜ ਦੇ ਉੱਪਰ ਕਾਫੀ ਜ਼ਿਆਦਾ ਫਰਕ ਪੈਂਦਾ। ਸੋ ਇਹ ਵਾਲਾ ਪਾਣੀ ਹੈ ਜਿਹੜਾ ਇਹਦੇ ਨਾਲ ਤੁਹਾਡਾ ਹਾਂ ਲੋੜ ਤੋਂ ਜ਼ਿਆਦਾ ਜੇਕਰ ਤੁਸੀਂ ਕਰੋਗੇ ਤਾਂ ਉਹਦੇ ਨਾਲ ਤਾਂ ਮਤਲਬ ਨੁਕਸਾਨ ਹੋਣਾ ਹੀ ਹੋਣਾ, ਤਾਂ ਕਰਕੇ ਤੁਸੀਂ ਇੱਕ ਕਿਆਰੇ 'ਚ ਪਾਣੀ ਵੱਢ ਕੇ ਦੂਜੇ 'ਚ ਨਾਲ ਦੀ ਨਾਲ ਹੀ ਵੱਢ ਦਿਆ ਕਰੋ, ਜਿਹਦੇ ਨਾਲ ਮਤਲਬ ਪਾਣੀ ਖੇਤ ਵਿੱਚ ਖੜਾ ਵੀ ਨਾ ਹੋਏ ਅਤੇ ਜ਼ਮੀਨ ਆ ਜਿਹੜੀ ਉਹ ਵੀ ਪੂਰੀ ਗਿੱਲੀ ਰਹੇ। ਇਹ ਸਿਰਫ ਫੇਰੀ ਤੁਹਾਡੀ ਕਣਕ ਲਾਸਟ 'ਤੇ ਸੁੱਕਣੋਂ ਬਚਣੀ ਹੈ, ਜਿੱਦਾਂ ਪਿਛਲੀ ਵਾਰੀ ਸੀ ਕਿ ਕਈ ਕਿਸਾਨ ਵੀਰ ਕਹਿੰਦੇ ਸੀ ਯਾਰ ਰਾਤੀ ਪਾਣੀ ਲਾਇਆ, ਅਗਲੇ ਦਿਨ ਕਣਕ ਦੇਖੀ ਦਿਓ ਪੱਕਣੀ ਵੀ ਸਟਾਰਟ ਹੋ ਗਈ, ਅਤੇ ਉਹਦਾ ਇਹੀ ਵੱਡਾ ਕਾਰਨ ਆ।
ਅਤੇ ਕਲੈਰਟੀ ਲਈ ਥੋੜ੍ਹਾ ਜਿਹਾ ਮਤਲਬ ਮਾਫ਼ ਕਰ ਦਿਓ। ਅਤੇ ਤੀਸਰੀ ਗੱਲ ਆਪਾਂ ਹੁਣ ਕਰਦੇ ਹਾਂ ਦੂਸਰੀ ਤੇਲੇ ਦੀ। ਕਿਸਾਨ ਵੀਰੋ ਤੁਸੀਂ ਕੀ ਕਰਨਾ, ਜੇਕਰ ਤੇਲਾ ਤੁਹਾਨੂੰ ਕਿਤੇ ਵੀ ਆਪਣੇ ਖੇਤ ਵਿੱਚ ਲੱਗਦਾ ਹਾਂ ਨੋਰਮਲ ਨਾ ਹੋਏ, ਜਿੱਦਾਂ ਕੋਈ ਇੱਕ ਅੱਧਾ ਦਾਣਾ ਤੁਸੀਂ 20 ਬੂਟਿਆਂ ਦੇ ਉੱਪਰ ਕਣਕ ਦੇ ਆਉਂਦੇ, ਇੱਕ ਅੱਧਾ ਦਾਣਾ ਜਿਹੜਾ ਉਹ ਤੁਹਾਨੂੰ ਜੇਕਰ ਤੇਲੇ ਦਾ ਲੱਭ ਪੈਂਦਾ ਤਾਂ ਤੁਸੀਂ ਸਪਰੇ ਕਰਨੀ, ਇੱਦਾਂ ਨਹੀਂ। ਕਿਸਾਨ ਵੀਰੋ ਤੁਸੀਂ ਕੀ ਕਰਨਾ, ਜੇਕਰ ਮਤਲਬ ਕਿ 5x5 ਦਾ ਏਰੀਆ ਮਿਥ ਲਓ ਕਰੋ ਅਤੇ ਉਹਦੇ ਵਿੱਚ ਗਿਣਤੀ ਕਰ ਲਓ, ਜੇਕਰ ਤੁਹਾਨੂੰ ਲੱਗਦਾ ਕਿ ਇੰਨੇ ਛਿੱਟਿਆਂ ਦੇ ਉੱਪਰ ਤੇਲਾ ਲੱਗਿਆ ਹੋਇਆ ਤਾਂ ਨਾਲ ਦੀ ਨਾਲ ਹੀ ਸਪਰੇ ਕਰ ਦਿਆ ਕਰੋ, ਕਿਉਂਕਿ ਤੁਹਾਨੂੰ ਵੀ ਪਤਾ ਕਿ ਕਿੰਨੀ ਕੁ ਮਹਿੰਗੀ ਹੈ ਜਿਹੜੀ ਉਹ ਕਣਕ ਦੀ ਤੇਲੇ ਦੀ ਜਿਹੜੀ ਆ ਉਹ ਸਪਰੇ ਆ, ਤਾਂ ਕਰਕੇ ਇਹ ਬਹੁਤ ਮਤਲਬ ਇਹਦੇ ਨਾਲ ਝਾੜ ਵੀ ਬਹੁਤ ਜ਼ਿਆਦਾ ਘੱਟਦਾ, ਇਹ ਛਿੱਟੇ ਆ ਜਿਹੜੇ ਉਹ ਵੀ ਕਾਲੇ ਹੁੰਦੇ ਆ, ਮੱਖੀਆਂ ਦੇ ਵਿੱਚ ਚੰਗੀ ਤਰ੍ਹਾਂ ਦਾਣਾ ਜਿਹੜਾ ਉਹ ਨਹੀਂ ਬਣ ਪਾਉਂਦਾ, ਦਾਣਾ ਕਮਜ਼ੋਰ ਰਹਿ ਜਾਂਦਾ ਜਿੰਨੀ ਮਰਜ਼ੀ ਆਪਾਂ ਸੇਵਾ ਸੰਭਾਲ ਆ ਜਿਹੜੀ ਉਹ ਕੀਤੀ ਹੋਏ। ਸੋ ਇਹ ਸਸਤੀ ਜਿਹੀ ਸਪਰੇ ਆ, ਅਤੇ ਨਾ ਹੀ ਇਹਨੂੰ ਇਹ ਨਹੀਂ ਆਪਾਂ ਕਰਨਾ ਕਿ ਸਪਰੇ ਤਾਂ ਕਰਨੀ ਆ, ਢੋਲੀ ਤਾਂ ਆਪਾਂ ਚੁੱਕਣੀ ਆ ਅਤੇ ਨਾਲ ਕੋਈ ਹੋਰ ਸਪਰੇ ਕਰ ਦਈਏ ਜਾਂ ਆਪਾਂ ਨਾਲ ਕੋਈ ਫੰਗੀਸਾਈਡ ਕਰ ਦਈਏ। ਫੰਗੀਸਾਈਡ ਬਾਰੇ ਮੈਂ ਤੁਹਾਨੂੰ ਕੱਲ੍ਹ ਦੱਸਿਆ ਹੀ ਸੀ ਕਿ ਪਹਾੜੀ ਖੇਤਰਾਂ ਦੇ ਨੇੜ ਜਿਹੜੇ ਮਤਲਬ ਜ਼ਮੀਨਾਂ ਨੇ ਉਹ 30-35 ਕਿਲੋਮੀਟਰ ਦਾ ਏਰੀਆ ਜਿਹੜਾ ਤੁਸੀਂ ਉੱਥੋਂ ਉੱਥੇ ਤਾਂ ਤੁਸੀਂ ਫੰਗੀਸਾਈਡ ਆ ਜਿਹੜੇ ਉਹ ਕਰ ਸਕਦੇ ਹੋ, ਪਰ ਜਿਹੜੇ ਮਤਲਬ ਗੱਬ ਪੰਜਾਬ ਦੇ ਵਿੱਚ ਪੈ ਜਾਂਦੇ ਆ ਜਾਂ ਸੈਂਟਰ 'ਚ ਪੈ ਜਾਂਦੇ ਆ ਅਤੇ ਉਹ ਕਿਸਾਨ ਵੀਰ ਫੰਗੀਸਾਈਡ ਫੇਰੀ ਕਰਨ, ਜੇਕਰ ਉਹਨਾਂ ਦੇ ਪਿਛਲੇ 2-3 ਸਾਲ ਜਿਹੜੀ ਪ੍ਰੋਬਲਮ ਹੈ ਪੀਲੀ ਕੁੰਗੀ ਦੀ ਆਈ ਸੀ, ਜਾਂ ਬੀਜ ਆ ਜਿਹੜਾ ਉਹ ਮਤਲਬ 4-5 ਸਾਲ ਪੁਰਾਣਾ ਬੀਜ ਆ ਜਿਹੜਾ ਉਹ ਆਪਣੇ ਖੇਤ ਵਿੱਚ ਵਰਤ ਰਹੇ ਨੇ, ਅਤੇ ਤਾਂ ਕਰਕੇ ਤੁਸੀਂ ਉੱਥੇ ਹੀ ਫੰਗੀਸਾਈਡ ਦੀ ਸਪਰੇਅ ਜਿਹੜੀ ਕਰਨੀ, ਤੇਲੇ ਵਾਲੀ ਤੁਸੀਂ ਇਕੱਲੇ ਹੀ ਕਰ ਸਕਦੇ ਹੋ, ਇਹਦੇ ਨਾਲ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਮਿਲਣਾ। ਹਾਂ, ਪਾਣੀ ਜ਼ਰੂਰ ਥੋੜ੍ਹਾ ਜਿਹਾ ਵੱਧ ਲਾ ਲਿਆ ਕਰੋ, ਅਤੇ ਇੰਜਨ ਵਾਲੇ ਪੰਪ ਨਾਲ ਹੀ ਹੋਏਗੀ ਇਹ ਵਾਲੀ ਸਪਰੇਅ, ਹੋਰ ਕਿਸੇ ਬੈਟਰੀ ਵਾਲੇ ਪੰਪ ਨਾਲ ਵੀ ਨਹੀਂ ਚੰਗੀ ਤਰ੍ਹਾਂ ਹੋਣੀ, ਕਿਸੇ ਨਾਲ ਨਹੀਂ ਹੋਣੀ, ਇਹ ਇੰਜਨ ਵਾਲੇ ਪੰਪ ਨਾਲ ਹੀ ਹੋਏਗੀ। ਅਤੇ ਤੁਸੀਂ ਇਹੋ ਹੀ ਕੰਮ ਕਰਨਾ ਕਿ ਹੁਣ ਇਹ ਤੇਲਾ ਜੇਕਰ ਤੁਹਾਨੂੰ ਮਾੜਾ ਮੋਟਾ ਵੀ ਲੱਭਦਾ ਤਾਂ ਸਪਰੇਅ ਕਰ ਦਿਓ। ਹਾਂ, ਜੇ ਕੋਈ ਗੱਲ ਨਹੀਂ, ਜੇਕਰ ਦੁਬਾਰਾ ਵੀ ਕਰਨੀ ਪਏਗੀ ਤਾਂ ਵੀ ਦੁਬਾਰਾ ਕਰ ਦਿਓ ਸਪਰੇਅ। ਸੋ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਅਤੇ ਪਾਣੀ ਕਿਸਾਨ ਵੀਰ ਸਾਰੇ ਆ ਜਿਹੜਾ ਹੁਣ ਕਣਕ ਨੂੰ ਲਾ ਦੇਣ, ਜਿਹਨਾਂ ਦੇ ਖੇਤ ਪਾਣੀ ਆ ਜਿਹੜਾ ਉਹ ਮੰਗ ਰਹੇ ਆ, ਆਪਣੀ ਜ਼ਮੀਨ ਤਾਂ ਠੰਡੀ ਆ, ਆਪਣੇ ਤਾਂ 1 ਪਾਣੀ ਜਾਂ ਹੱਦ 2 ਪਾਣੀ ਆ ਜਿਹੜੇ ਉਹ ਲੱਗਦੇ ਆ, ਅਤੇ ਲਾਸਟ ਵਾਲੇ ਪਾਣੀ ਦਾ ਕਈ ਵਾਰੀ ਆਪਾਂ ਮਤਲਬ ਕਸੂਰ ਕੱਢੀ ਦਾ ਕਿ ਹਾਂ ਵੀ ਪਾਣੀ ਗਲਤ ਸਮੇਂ ਲੱਗ ਗਿਆ ਜਿਹਦੇ ਨਾਲ ਆਪਣੀ ਕਣਕ ਨੇ ਝਾੜ ਨਹੀਂ ਦਿੱਤਾ, ਕਣਕ ਛੇਤੀ ਸੁੱਕ ਗਈ, ਪਰ ਕਸੂਰ ਕਿਸਾਨ ਵੀਰੋ ਇਹ ਜਿਹੜਾ ਉਹ ਵਾਲੇ ਲਾਸਟ ਪਾਣੀ ਤੋਂ ਪਹਿਲੇ ਵਾਲੇ ਜਿਹੜਾ ਪਾਣੀ ਲੱਗਣਾ ਹੁੰਦਾ ਇੱਕ ਕਸੂਰ ਉਹਦਾ ਹੁੰਦਾ, ਉਹਦੇ ਵਿੱਚ ਆਪਾਂ ਗੈਪ ਹੈ ਜਿਹੜਾ ਉਹ ਕਾਫੀ ਜ਼ਿਆਦਾ ਪਾ ਦਈਦਾ, ਤਾਂ ਕਰਕੇ ਜ਼ਮੀਨ ਪੂਰੀ ਸੁੱਕ ਜਾਂਦੀ ਹੈ, ਨਾਲ ਦੀ ਨਾਲ ਹੀ ਜਦੋਂ ਆਪਾਂ ਇਹ ਮਤਲਬ ਪਾਣੀ ਲਾਈਦਾ ਖੇਤ ਨੂੰ ਅਤੇ ਜ਼ਮੀਨ ਜੜ ਹੈ ਜਿਹੜੀ ਉਹ ਛੱਡ ਜਾਂਦੀ ਹੈ, ਕਣਕ ਡਿੱਗ ਪੈਂਦੀ ਹੈ ਅਤੇ ਸੁੱਕਣੀ ਸਟਾਰਟ ਹੈ ਜਿਹੜਾ ਉਹ ਹੋ ਜਾਂਦੀ ਆ। ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ, ਕਲੈਰਟੀ ਲਈ ਥੋੜ੍ਹਾ ਜਿਹਾ ਮਾਫੀ ਆ, ਧੰਨਵਾਦ।